ਸਸਰੀਕਲ ਬੇਟਾ ਜੀ ਡਿਸਕਸ ਕਰਾਂਗੇ ਟਵਿੰਕਲਿੰਗ ਆਫ ਸਟਾਰਸ ਜਦੋਂ ਤੁਸੀਂ ਅਕਾਸ਼ੂ ਤਾਰੇ ਨੂੰ ਵੇਖਦੇ ਆ ਤਾਂ ਥੋੜਾ ਜਿਹਾ ਉਹ ਡਿਮ ਹੁੰਦਾ ਤੇ ਫਿਰ ਬ੍ਰਾਈਟ ਹੁੰਦਾ ਦਿਖਦਾ ਹੈ ਥੋੜੀ ਜਿਹੀ ਉਸ ਦੀ ਪੋਜੀਸ਼ਨ ਵੀ ਅਲੱਗ ਅਲੱਗ ਜਗ੍ਹਾ ਦਿਖਦੀ ਹੈ ਇਸ ਫੀਨੋਮੈਨਨ ਨੂੰਸੀਂ ਟਵਿੰਕਲਿੰਗ ਕਹਿੰਦੇ ਆ ਇਹਦੀਆਂ ਦੋ ਵਜ੍ਹਾ ਹਨ ਫਸਟ ਚੀਜ਼ ਅਸੀਂ ਐਕਚੁਅਲ ਪੋਜੀਸ਼ਨ ਦੇਖਦੇ ਹੀ ਨਹੀਂ ਵੀ ਸੀ ओनली द एपरेंट पोजिशन ऑफ स्टार एक कदे करके है यह है रिफ्रैक्शन करके एटमोसफेयर से लाइट आएगी बैंड होएगी असं स्टार की बैंडड लाइट ही वेख रहे हैं ता करके असी करैक्ट पोजिशन नहीं देख पाते अभी एपरेंट पोजिशन जो सा पोजिशन लग रही है वो देखते हाँ सैकेंड फिजिकल कंडीशनस of our atmosphere changes jadon asi glass lab nal experiment kar rahe si e ta uniform medium si gas asi bilkul clear dass sakde itthe jaake light idhar nu bend hoegi te phir idhar nu nikal jayegi kyunki ye medium uniform si edi physical condition jdi hai oh change rehndi but sada atmosphere itna simple nahi hai ede ch kafi gases han density alag hundi rehandi hai temperature difference rehanda hai ਟੈਂਪਰੇਚਰ ਡਿਫਰੈਂਸ ਰਹਿੰਦਾ ਹੈ ਡਿਫਰੈਂਟ ਡਿਫਰੈਂਟ ਡੈਂਸਿਟੀ ਇਸ ਦੀ ਐਟਮੋਸਫੇਅਰ ਹੈ ਇਕੋ ਜਿਹਾ ਨਹੀਂ ਹੈਗਾ ਤੇ ਡਾਇਨਾਮਿਕ ਹੈ ਚੇਂਜ ਹੁੰਦਾ ਰਹਿੰਦਾ ਹੈ ਹੁਣ ਇਹਦੇ ਕਾਰਨ ਕੀ ਹੋਣਾ ਜਿਹੜੀ ਰ refracttion ਹੈ ਉਹ ਵੀ ਚੇਂਜ ਹੁੰਦੀ ਰਹਿੰਦੀ ਹੈ ਇਹਨਾਂ ਦੋਨਾਂ ਦਾ ਕੰਬਾਈਨਡ ਇਫੈਕਟ ਹੈ ਜਿਹੜਾ ਸਾਨੂੰ ਦਿਸਦਾ ਹੈ ਸਟਾਰ ਟਵਿੰਕਲਿੰਗ ਕਰਨਾ ਇਹਨੂੰ ਸਮਝਦੇ ਹਾਂ ਹੁਣ ਪਹਿਲੇ ਤਾਂ ਅਪੇਰੈਂਟ ਪੋਜੀਸ਼ਨ ਦੇਖ ਰਹੇ ਹਾਂ ਜੇ ਅਸੀਂ ਇੱਥੇ ਧਰਤੀ ਤੇ ਖਲੋਤੇ ਹੋਈ ਹੈ ਹੁਣ ਜਿਹੜਾ ਸਟਾਰ ਹੈ ਉਹ ਇੱਥੇ ਕਰਕੇ ਹੈ ਇਹਦੀ ਲਾਈਟ ਜਿਹੜੀ ਹੈ ਉਹ ਸਿੱਧੀ ਸਾਡੇ ਕੋ ਆਨ ਤੋਂ ਸੁਭਾ ਤੇ ਲਾਈਟ ਹੈ ਬੈਂਡ ਹੋ ਕੇ ਸਾਡੇ ਕੋ ਲਾ ਰਹੀ ਹੈ ਇਹ ਕਿਉਂ ਹੋ ਗਿਆ ਕਿਉਂਕਿ ਇੱਥੇ ਸਾਡਾ ਐਟਮੋਸਫੇਅਰ ਸਟਾਰਟ ਹੋ ਗਿਆ ਐਟਮੋਸਫੇਅਰ ਦੇ ਕਾਰਨ ਬੈਂਡ ਹੋ ਜਾਏਗਾ ਕਿਉਂਕਿ ਕਰੇ ਮੀਡੀਅਮ ਚ ਆ ਗਈ ਨਾਰਮਲ ਦੇ ਪਾਸੇ ਨੂੰ ਭਜੀ ਤਾਂ ਕਰਕੇ ਇਹ ਲਾਈਟ ਜਿਹੜੀ ਹੈ ਸਾਡੇ ਅੱਖਾਂ ਚ ਪੈਣੇ ਹੈ ਤੇ ਸਾਨੂੰ ਅਹਿਸਾਸ ਹੋਣਾ ਹੈ ਕਿ ਸਤਾਰ ਇੱਥੇ ਹੈਗਾ ਕੋਚ A ਦਾ ਕਿਉਂਕਿ ਸਾਨੂੰ ਤਾਂ ਲਾਈਟ ਉਹੀ ਜਿਹੜੀ ਅੱਖਾਂ 'ਚ ਦਿਸਦੀ ਹੈ ਉਹੀ ਦਿਸਦੀ ਹੈ ਤਾਂ ਸਿਗਾਵਾਂਗੇ ਸਟਾਰ A ਹੈ ਇਹਦੀ ਐਕਚੁਅਲ ਪੋਜੀਸ਼ਨ ਨਹੀਂ ਇਹ ਅਪਰੈਂਟ ਪੋਜੀਸ਼ਨ ਆਫ ਸਟਾਰ ਹੈ ਇਹਦੀ ਐਕਚੁਅਲ ਪੋਜੀਸ਼ਨ ਹੈ ਤਾਂ ਪਹਿਲੀ ਗੱਲ ਤਾਂ ਇਹ ਜਿਹੜੀ ਅਸੀਂ ਟਵਿੰਕਲਿੰਗ ਆਫ ਸਟਾਰ ਦੀ ਗੱਲ ਕਰ ਰਹੇ ਹਾਂ ਉਹ ਸਟਾਰ ਉੱਤੇ ਹੈ ਹੀ ਨਹੀਂ ਅਸੀਂ ਤਾਂ ਸਿਰਫ ਅਪਰੈਂਟ ਪੋਜੀਸ਼ਨ ਦੇਖ ਰਹੇ ਹਾਂ ਹੁਣ ਇਹ ਪੋਜੀਸ਼ਨ ਵੀ ਚੇਂਜ ਹੁੰਦੀ ਰਹਿੰਦੀ ਹੈ ਕਿਉਂਕਿ साड़ा जो एटमोसफेयर है डिफरेंट लेयर है यस स्लैब की जरा सिंपल नहीं है तो जोड़ी लाइट रे आती है वो डिफरेंट डिफरेंट तरीके रिफ्रैक्ट हो क्यों होंगे प्योंकि सािजीकल कंडीशन एटमोसफेयर की यह कंट्रोल्ड नहीं है ग्लैस स्लैब की जहाँ सिंपल नहीं है कई बार डेंसिटी घट्ट मिलेगी किसी पार्ट को ਕਈ ਵਾਰੀ ਜ਼ਿਆਦਾ ਮਿਲੇਗੀ ਤਾਂ ਜ਼ਿਆਦਾ ਡੈਂਸਿਟੀ ਹੋਏਗੀ ਤਾਂ ਨੋਰਮਲ ਨੂੰ ਭਜੇਗੀ ਜੇ ਘੱਟ ਡੈਂਸਿਟੀ ਆਏ ਅੱਗੇ ਤਾਂ ਨੋਰਮਲ ਤੋਂ ਦੂਰ ਤੇ ਲਾਈਟ ਜਿਹੜੀ ਹੈ ਬੜਾ ਡਿਫਰੈਂਟ ਪਾਥ ਲੈ ਕੇ ਸਾਡੇ ਕੋਲ ਆਂਦੀ ਹੈ ਸਿੱਧੀ ਸਿੱਧੀ ਨਹੀਂ ਆਂਦੀ ਇਹਦੇ ਕਾਰਨ ਕੀ ਹੋਣਾ ਮੰਨ ਲਓ ਇਸ ਟਾਈਮ ਤਿੰਨ ਰੇਜ਼ ਪਹੁੰਚ ਰਹੀਆਂ ਨੇ 1 2 3 ਹੁਣ ਹੋ ਸਕਦਾ ਹੈ ਅਗਲੇ ਹੀ ਸੈਕਿੰਡ ਇਹ ਜਿਹੜੀ ਰਿਥਰਡ ਰੇ ਹੈ ਇਹ ਇੱਧਰੋਂ ਰਿਫਲੈਕਟ ਹੋ ਜਾਏ ਹੁਣ ਇਹਦੇ ਕਾਰਨ ਕੀ ਹੋਣਾ ਹੈ ਇਹਦੇ ਕਾਰਨ ਸਾਡੇ ਕੋਲ ਰੋਸ਼ਨੀ ਘੱਟ ਪਹੁੰਚਣੀ ਹੈ ਇਦੇ ਕਾਰਨ ਸਾਨੂੰ ਲੱਗੇਗਾ ਲਾਈਟ ਸਟਾਰ ਦੀ ਡਿਮ ਹੋ ਗਈ ਹੁਣ ਨੈਕਸਟ ਸੈਕਿੰਡ ਕੀ ਹੁੰਦਾ ਹੈ ਉਹ ਰੋਸ਼ਨੀ ਫਿਰ ਸਾਡੇ ਅੱਖਾਂ 'ਚ ਪੈਂਦੀ ਹੈ ਤੇ ਸਾਨੂੰ ਲੱਗੇਗਾ ਫਿਰ ਬ੍ਰਾਈਟ ਹੋ ਗਿਆ ਤੇ ਇਹ ਕੰਟੀਨਿਊਸਲੀ ਚੇਂਜ ਹੁੰਦਾ ਰਹਿੰਦਾ ਹੈ ਕਿਉਂਕਿ ਐਟਮੋਸਫੇਅਰ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਆਪਣਾ ਰਿਫ੍ਰੈਕਸ਼ਨ ਜਿਹੜੀ ਹੈ ਲਾਈਟਸ ਦੀ ਕਰੀ ਜਾਵੇਗਾ ਜਿਹੜੀ ਸਟਾਰ ਦੀ ਲਾਈਟ ਹੈ ਉਹ ਡਿਮ ਹੁੰਦੀ ਜਾਂ ਬ੍ਰਾਈਟ ਹੁੰਦੀ ਦਿਸੇਗੀ ਤੇ ਅਸੀਂ ਕਹਿ ਸਕਦੇ ਹਾਂ ਡੂ ਟੂ ðiਜ਼ ਟੂ ਫੈਕਟਰਸ ਸੀ only the apparent position of the star due to refraction of light second thing physical condition of our atmosphere change ਹੁੰਦੀ ਰਹਿੰਦੀ ਹੈ ਜਿਹਦੇ ਕਾਰਨ path of light change ਹੁੰਦਾ ਰਹਿੰਦਾ ਹੈ ਤੇ ਕਈ ਵਾਰੀ ਸਾਡੇ ਕੋਲ ਲਾਈਟ ਜ਼ਿਆਦਾ ਪਹੁੰਚਦੀ ਹੈ ਤੇ ਕਈ ਵਾਰੀ ਘੱਟ ਪਹੁੰਚਦੀ ਹੈ ਇਹਦੇ ਕਾਰਨ ਹੀ ਅਸੀਂ ਲਾਈਟ ਦੇ ਜਿਹੜਾ ਸਟਾਰ ਹੈ ਉਹ ਟਿੰਕਲਿੰਗ ਕਰਦਾ ਵੇਖਦੇ ਹਾਂ due to these due to these factors sometimes less light falls into our eye so ज होंगे सूर्य बार बार कद दिम कद ब्राइट दिसना है पोजिशन थोड़ी जी अलग जरूर होएगी क्योंकि यह भी चेंज होंपया एटमोसफेयर का कभी थोड़ा जि उपर दिसना है कभी थोड़ा जि दिसना है ये दोनों पॉइंट के कंबीनेशन इफैक्ट ना स्टार ट्विंकलिंग दि दिखाई दे रही है फर्स्ट थिंग वी ओनली सी एपरंट पोजिशन ऑफ स्टार ड्यू टू रिफ्रैक्शन इतने है हम हो सकता है लाइट कई बार रिफ्रैक्ट कर जाए ਅਟਮੋਸਫੇਅਰ ਚੇਂਜ ਹੋ ਜਾਏ ਤਾਂ ਥੋੜਾ ਜਿਹਾ ਸੈਕਿੰਡ ਚ ਸਾਨੂੰ ਇੱਧਰ ਦਿਖਣਾ ਸ਼ੁਰੂ ਹੋ ਜਾਏ ਥੋੜਾ ਜਿਹਾ ਉੱਪਰ ਫਿਰ ਥੱਲੇ ਕਿਉਂਕਿ ਇਹ ਤਾਂ ਫਿਕਸ ਪੋਜੀਸ਼ਨ ਹੈ ਹੀ ਨਹੀਂ ਦੀ ਇਹ ਤਾਂ ਇੱਕ ਇਮੇਜ ਬਣੀ ਹੋਈ ਹੈ ਇੱਕ ਅਪੈਰੈਂਟ ਪੋਜੀਸ਼ਨ ਬਣੀ ਹੋਈ ਹੈ ਸਟਾਰ ਦੀ ਦੂਜੀ ਜਿਹੜੀ ਲਾਈਟ ਸਾਡੀ ਅੱਖਾਂ ਚ ਪੈ ਰਹੀਆਂ ਨੇ ਉਹ ਐਟਮੋਸਫੇਅਰ ਤੇ ਡਿਪੈਂਡ ਕਰਨ ਗਿਆ ਜਿਹਦੀ ਫਿਜ਼ੀਕਲ ਕੰਡੀਸ਼ਨ ਚੇਂਜ ਹੁੰਦੀ ਜਾਂਦੀ ਹੈ ਡੈਂਸਿਟੀਜ਼ ਡਿਫਰੈਂਟ ਡਿਫਰੈਂਟ ਲੇਅਰ ਦੀ ਚੇਂਜ ਹੁੰਦੀ ਰਹਿੰਦੀ ਹੈ ਤਾਂ ਡੈਂਸਿਟੀ ਚੇਂਜ ਹੋਏਗੀ ਤਾਂ ਰਿਫ੍ਰੈਕਸ਼ਨ ਜਿਹੜੀ ਹੋਏਗੀ ਉਹ ਵੀ ਡਿਫਰੈਂਟ ਹੋਏਗੀ ਕਈ ਵਾਰੀ ਲਾਈਟ ਫੁੱਲ ਪਵੇਗੀ ਕਈ ਵਾਰੀ ਲਾਈਟ ਸਾਡੇ ਅੱਖਾਂ 'ਚ ਘੱਟ ਪਵੇਗੀ ਤਾਂ ਕਰਕੇ ਸਾਨੂੰ ਟਵਿੰਕਲਿੰਗ ਜਿਹੜੀ ਹੈ ਇਫੈਕਟ ਜਿਹੜਾ ਹੈ ਸਾਨੂੰ ਨਜ਼ਰ ਆਉਂਦਾ ਹੈ